ਮਾਮਲਾ ਜਿਹੜਾ ਹੈ ਉਹ ਤਰਨ ਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਇੱਕ ਪਿੰਡ ਕੰਗ ਵਿੱਚ ਇੱਕ ਲਾੜੀ ਬਰਾਤ ਉਡੀਕਦੀ ਰਹੀ ਪਰ ਲਾੜਾ ਜਿਹੜਾ ਹੈ ਉਹ ਨਹੀਂ ਪੁੱਜਿਆ। ਇਸ ਕਾਰਨ ਜਾਣੋਗੇ ਤਾਂ ਹੈਰਾਨ ਰਹਿ ਜਾਓਗੇ, ਦਾਜ ਨਾ ਮਿਲਣ ਕਰਕੇ ਬਰਾਤ ਜਿਹੜੀ ਹੈ ਉਹ ਨਹੀਂ ਪਹੁੰਚੀ ਹੈ। ਸੋ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹੋ ਲਾੜੇ ਦੀ ਹੈ, ਔਰ ਉਸ ਲਾੜੀ ਦੇ ਘਰ ਦੀਆਂ ਨੇ, ਜਿੱਥੇ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਸੀ ਉਹ ਧਰੀਆਂ ਦੀ ਧਰੀਆਂ ਰਹਿ ਗਈਆਂ ਉਸ ਵੇਲੇ ਜਦੋਂ ਬਰਾਤ ਜਿਹੜੀ ਹੈ ਉਹ ਨਹੀਂ ਪੁੱਜਦੀ ਹੈ। ਸੋ ਦੱਸਦੇ ਨੇ ਆ ਕਿ ਪਰਿਵਾਰ ਦੇ ਕਹਿਣ ਦੇ ਮੁਤਾਬਕ ਲੜਕੀ ਜਿਹੜੀ ਹੈ ਜਿਸਦਾ ਵਿਆਹ ਸੀਗਾ ਉਸਦੇ ਮਾਪੇ ਨਹੀਂ ਹਨ, ਅਤੇ ਤਾਏ ਵੱਲੋਂ ਜਿਹੜਾ ਹੈ ਉਹ ਲੜਕੀ ਦਾ ਵਿਆਹ ਕੀਤਾ ਜਾ ਰਿਹਾ ਸੀਗਾ। ਔਰ ਤਾਏ ਦੇ ਕਹਿਣ ਦੇ ਮੁਤਾਬਕ ਕਿ ਜਦੋਂ ਉਹਨਾਂ ਨੂੰ ਵਿਚੋਲੇ ਦਾ ਕਾਲ ਆਇਆ ਕਿ ਵਿਆਹ ਦੀ ਜਿਹੜੀ ਬਰਾਤ ਹੈ ਉਹ 2 ਘੰਟੇ ਲੇਟ ਹੋਏਗੀ, ਤਿਆਰੀਆਂ 2 ਘੰਟੇ ਲੇਟ ਸ਼ੁਰੂ ਕਰਨਾ, ਤਾਂ ਉਹਨਾਂ ਨੂੰ ਥੋੜ੍ਹਾ ਸ਼ੱਕ ਹੋਇਆ। ਅਤੇ ਜਦੋਂ ਉਹਨਾਂ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਲਾੜਾ ਜਿਹੜਾ ਹੈ ਉਹ ਘਰੋਂ ਹੀ ਕਿਤੇ ਚਲਾ ਗਿਆ ਹੈ। ਸੋ ਜਿਹੜਾ ਕਾਰਨ ਜਿਹੜਾ ਹੈ ਉਹ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਸਿਰਫ ਦਾਜ ਨਾ ਮਿਲਣ ਕਰਕੇ ਲੜਕੀ ਦੇ ਸੁਪਨੇ ਜਿਹੜੇ ਨੇ ਉਹ ਧਰੇ ਦੇ ਧਰੇ ਰਹਿ ਗਏ। ਲਾੜਾ ਜਿਹੜਾ ਹੈ ਜਿਸਨੇ ਬਰਾਤ ਲੈ ਕੇ ਆਉਣੀ ਸੀ ਉਹ ਘਰੋਂ ਪਹਿਲਾਂ ਹੀ ਕਿਤੇ ਚਲਾ ਗਿਆ, ਔਰ ਕਾਰਨ ਇਹ ਦੱਸਿਆ ਕਿ ਦਾਜ ਨਾ ਮਿਲਣ ਕਰਕੇ ਜਿਹੜੀ ਹੈ ਬਰਾਤ ਨਹੀਂ ਆਏਗੀ। ਸੋ ਤਸਵੀਰਾਂ ਤੁਹਾਨੂੰ ਉਸ ਘਰ ਦੀਆਂ ਦਿਖਾ ਰਹੇ ਹਾਂ, ਲੜਕੀ ਦੇ ਘਰ ਦੀਆਂ, ਜਿਨ੍ਹਾਂ ਨੇ ਆਪਣੀ ਧੀ ਦਾ ਵਿਆਹ ਕਰਨ ਦੇ ਲਈ ਪੂਰੀ ਤਿਆਰੀਆਂ ਜਿਹੜੀਆਂ ਸੀ ਉਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸੀ, ਰੌਣਕਾਂ ਲੱਗੀਆਂ ਹੋਈਆਂ ਸੀਗੀਆਂ, ਔਰ ਹਰ ਮਹਿਮਾਨ ਜਿਹੜੇ ਸੀ ਦੂਰ ਦੂਰ ਤੋਂ ਪਹੁੰਚੇ ਹੋਏ ਸੀਗੇ, ਕਿਉਂਕਿ ਵਿਆਹ ਸੀਗਾ, ਲੋਕ ਤਿਆਰ ਵੀ ਸੀਗੇ, ਲਾੜੀ ਵੀ ਜਿਹੜੀ ਜਿਹਨੇ ਹੱਥਾਂ 'ਤੇ ਚੂੜਾ ਔਰ ਮਹਿੰਦੀ ਲੱਗੀ ਹੋਈ ਸੀ ਇੰਤਜ਼ਾਰ ਕਰ ਰਹੀ ਸੀ ਲਾੜੇ ਦਾ। ਪਰ ਜਦੋਂ ਖਬਰ ਮਿਲਦੀ ਹੈ ਕਿ ਲਾੜਾ ਜਿਹੜਾ ਹੈ ਉਹ ਬਰਾਤ ਲੈ ਕੇ ਨਹੀਂ ਪਹੁੰਚੇਗਾ ਕਿਉਂਕਿ ਉਹ ਪਹਿਲਾਂ ਹੀ ਘਰੋਂ ਕਿਤੇ ਚਲਾ ਗਿਆ ਹੈ, ਔਰ ਕਾਰਨ ਜਿਹੜਾ ਹੈ ਉਹ ਦਾਜ ਨਾ ਮਿਲਣਾ ਹੈ, ਤਾਂ ਉਸ ਵੇਲੇ ਲੜਕੀ ਅਤੇ ਉਸਦੇ ਪਰਿਵਾਰ ਦੇ ਉੱਤੇ ਕੀ ਬੀਤੀ ਹੈ ਇਸਦਾ ਅੰਦਾਜ਼ਾ ਸਿਰਫ ਉਹ ਪਰਿਵਾਰ ਲਗਾ ਸਕਦਾ ਹੈ ਜਿਨ੍ਹਾਂ ਦੀ ਧੀ ਜਿਹੜੀ ਕਿ ਵਿਆਹ ਦੇ ਜੋੜ ਦੇ ਸਜੀ ਹੋਈ ਸੀ ਤਾਂ ਉਹ ਉਸੇ ਤਰ੍ਹਾਂ ਦੇ ਨਾਲ ਬੈਠੀ ਰਹੀ, ਪਰ ਲਾੜਾ ਜਿਹੜਾ ਹੈ ਉਹ ਨਹੀਂ ਪੁੱਜਿਆ। ਸੋ ਦੱਸਦੇ ਨੇ ਕਿ ਪਰਿਵਾਰ ਦੇ ਕਹਿਣ ਦੇ ਮੁਤਾਬਕ ਕਿ ਲੜਕੇ ਦਾ ਪਰਿਵਾਰ ਜਿਹੜਾ ਹੈ ਸ਼ਗਨ ਲੈ ਕੇ ਵੀ ਆਇਆ ਸੀਗਾ, ਪੂਰੇ ਰੀਤੀ ਰਿਵਾਜ਼ਾਂ ਦੇ ਨਾਲ ਸ਼ਗਨ ਵੀ ਲਗਾਇਆ ਗਿਆ, ਸੋਨੇ ਦੀ ਅੰਗੂਠੀ ਵੀ ਉਹਨਾਂ ਨੂੰ ਪਾਈ ਗਈ। ਪਰ ਜਿਹੜਾ ਦਾਜ ਦਾ ਸਮਾਨ ਸੀ ਉਹਨਾਂ ਨੇ ਗੱਲ ਪਹਿਲਾਂ ਹੀ ਕਹੀ ਸੀ ਕਿ ਦਾਜ ਦਾ ਸਮਾਨ ਜਿਹੜਾ ਥੋੜ੍ਹਾ ਬਹੁਤਾ ਜਿੰਨਾ ਉਹ ਦੇ ਸਕਦੇ ਨੇ ਉਹ ਜਦੋਂ ਲੜਕੀ ਵਿਆਹ ਤੋਂ ਬਾਅਦ ਫੇਰਾ ਪਾਉਣ ਆਏਗੀ ਤਾਂ ਉਸ ਵੇਲੇ ਦੇਵਾਂਗੇ। ਪਰ ਇਸ ਤੋਂ ਪਹਿਲਾਂ ਹੀ ਲੜਕੇ ਦਾ ਪਰਿਵਾਰ, ਖਾਸ ਤੌਰ 'ਤੇ ਜਿਹੜਾ ਲਾੜਾ ਹੈ, ਉਸ ਨੂੰ ਇਹ ਚੀਜ਼ ਜਿਹੜੀ ਹੈ ਉਹ ਚੰਗੀ ਨਹੀਂ ਲੱਗੀ, ਉਸਦੇ ਕਹਿਣ ਮੁਤਾਬਕ ਕਿ ਲਾੜਾ ਜਿਹੜਾ ਦਾਜ ਚਾਹੁੰਦਾ ਸੀਗਾ ਅਤੇ ਦਾਜ ਨਾ ਮਿਲਿਆ, ਇਸ ਕਰਕੇ ਜਿਹੜਾ ਹੈ ਉਹ ਉੱਥੋਂ ਚਲਾ ਗਿਆ ਘਰ ਤੋਂ, ਔਰ ਬਰਾਤ ਜਿਹੜੀ ਹੈ ਲੈ ਕੇ ਨਹੀਂ ਪੁੱਜਿਆ। ਸੋ ਦੱਸ ਦਿੰਦੇ ਹਾਂ ਕਿ ਕੁੜੀ ਦਾ ਪਰਿਵਾਰ ਜਿਹੜਾ ਹੈ, ਮਾਂ ਪਿਓ ਪਹਿਲਾਂ ਹੀ ਨਹੀਂ ਨਾ, ਉਹਨਾਂ ਦੀ ਡੈਥ ਹੋ ਚੁੱਕੀ ਹੈ, ਔਰ ਭਰਾ ਇੱਕ, ਔਰ ਤਾਇਆ ਜਿਹੜਾ ਹੈ ਉਹ ਲੜਕੀ ਦਾ ਵਿਆਹ ਕਰ ਰਿਹਾ ਸੀ, ਯਾਨੀ ਕਿ ਆਪਣੀ ਭਤੀਜੀ ਦਾ ਵਿਆਹ ਕਰ ਰਿਹਾ ਸੀਗਾ, ਔਰ ਜਿਹੜਾ ਲੜਕੀ ਦਾ ਤਾਇਆ ਹੈ ਉਸਦੇ ਕਹਿਣ ਮੁਤਾਬਕ ਕਿ ਸਾਰੀ ਤਿਆਰੀ, ਯਾਨੀ ਕਿ ਇੱਕ ਸਾਲ ਪਹਿਲਾਂ ਜਿਹੜੀ ਸੀ ਉਹ ਇੰਗੇਜਮੈਂਟ ਹੋਈ ਸੀਗੀ ਦੋਨਾਂ ਦੀ, ਤਾਂ ਉਸ ਵੇਲੇ ਅਜਿਹੀ ਕੋਈ ਵੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆਈ ਸੀ, ਨਾ ਰੱਖੀ ਗਈ ਸੀ, ਅਤੇ ਕਿਹਾ ਗਿਆ ਸੀਗਾ ਉਹਨਾਂ ਵੱਲੋਂ ਕਿ ਜਿਹੜਾ ਥੋੜ੍ਹਾ ਬਹੁਤਾ ਜਿੰਨਾ ਉਹ ਕਰ ਸਕਦੇ ਨੇ ਉਹ ਸਮਾਨ ਜਿਹੜਾ ਹੈ ਉਹ ਲੜਕੀ ਜਦੋਂ ਫੇਰਾ ਪਾਉਣ ਆਏਗੀ ਉਸ ਵੇਲੇ ਦੇ ਦਿੱਤਾ ਜਾਵੇਗਾ, ਕਿਉਂਕਿ ਪਰਿਵਾਰ ਜਿਸ ਤਰ੍ਹਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਪਰਿਵਾਰ ਜਿਹੜਾ ਹੈ ਲੜਕੀ ਦਾ ਉਹ ਵੀ ਠੀਕ ਠਾਕ ਹੈ, ਮਤਲਬ ਜ਼ਿਆਦਾ ਪੈਸੇ ਵਾਲੇ ਨਹੀਂ ਹਨ, ਗਰੀਬ ਪਰਿਵਾਰ ਨੇ, ਤਾਂ ਜਿੰਨਾ ਹੋ ਸਕੇ ਉਹ ਆਪਣੀ ਭਤੀਜੀ ਦਾ ਵਿਆਹ ਵਿੱਚ ਜਿੰਨਾ ਖਰਚਾ ਕਰ ਸਕਦੇ ਨੇ ਉਹ ਕਰ ਰਹੇ ਨੇ। ਪਰ ਇਸ ਦੇ ਬਾਵਜੂਦ ਵੀ
ਲਾੜਾ ਜਿਹੜਾ ਹੈ ਉਹ ਜਿਹੜਾ ਦਾਜ ਨਾ ਮਿਲਣ ਤੋਂ ਰੋਸ ਵਿੱਚ ਸੀਗਾ, ਗੁੱਸੇ ਵਿੱਚ ਸੀਗਾ, ਔਰ ਇਸੇ ਕਰਕੇ ਉਹ ਘਰੋਂ ਜਿਹੜਾ ਹੈ ਉਹ ਚਲਾ ਜਾਂਦਾ ਹੈ ਅਤੇ ਬਰਾਤ ਜਿਹੜੀ ਹੈ ਉਹ ਲੈ ਕੇ ਨਹੀਂ ਪੁੱਜਦਾ ਹੈ। ਸੋ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਉਸ ਘਰ ਦੀਆਂ, ਉਸ ਲੜਕੀ ਦੇ ਘਰ ਦੀਆਂ, ਉਸ ਲਾੜੀ ਦੇ ਘਰ ਦੀਆਂ, ਜਿਸਦੇ ਘਰ ਦੇ ਵਿੱਚ ਹਲਵਾਈ ਜਿਹੜਾ ਲੱਗਾ ਹੋਇਆ ਸੀਗਾ, ਹਰ ਤਰ੍ਹਾਂ ਦੀ ਅਰੇਂਜਮੈਂਟ ਜਿਹੜੀ ਹੈ ਉਸ ਪਰਿਵਾਰ ਵੱਲੋਂ ਕੀਤੀ ਗਈ ਤਾਂ ਕਿ ਬਰਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਹਰ ਤਰ੍ਹਾਂ ਦਾ ਜਿਹੜੀ ਸਜਾਵਟ ਕੀਤੀ ਗਈ, ਪਰ ਬੜੀ ਸ਼ਰਮਨਾਕ ਗੱਲ ਹੈ ਕਿ ਸਮਾਜ ਦੇ ਵਿੱਚ ਅਜੇ ਵੀ ਅਜਿਹੇ ਲੋਕ ਨੇ ਜਿਹੜੇ ਕਿ ਦਾਜ ਦੇ ਲੋਭੀ ਨੇ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਦਾਜ ਦੇ ਲੋਭੀਆਂ ਨੇ ਵਿਆਹਤਾ ਨੂੰ ਮਾਰ ਦਿੱਤਾ ਜਾਂ ਉਸਨੂੰ ਜ਼ਹਿਰ ਦੇ ਦਿੱਤਾ, ਅਤੇ ਇੱਕ ਅਜਿਹੀ ਖਬਰ ਵਿੱਚੋਂ ਆਈ ਕਿ ਬਰਾਤ ਹੀ ਨਹੀਂ ਪੁੱਜੀ, ਸਿਰਫ ਕਾਰਨ ਇਹ ਕਿ ਦਾਜ ਨਹੀਂ ਮਿਲਿਆ ਲਾੜੇ ਨੂੰ ਔਰ ਉਸਦਾ ਮਨਪਸੰਦ ਦਾਜ ਨਹੀਂ ਮਿਲਿਆ, ਜਿਸ ਕਰਕੇ ਉਹ ਬਰਾਤ ਹੀ ਲੈ ਕੇ ਨਹੀਂ ਪੁੱਜਿਆ। ਤਾਂ ਇੱਕ ਪਾਸੇ ਅਸੀਂ ਕਹਿ ਸਕਦੇ ਹਾਂ ਕਿ ਲੜਕੀ ਦੀ ਜਿਹੜੀ ਹੈ ਉਹ ਕਿਸਮਤ ਚੰਗੀ ਕਹਿ ਸਕਦੇ ਹਾਂ, ਕਿਉਂਕਿ ਜਿਹੜੇ ਵਿਆਹ ਤੋਂ ਪਹਿਲਾਂ ਹੀ ਦਾਜ ਦੇ ਲਾਲਚੀ ਨੇ, ਦਾਜ ਮੰਗਦੇ ਨੇ, ਉਹ ਵਿਆਹ ਤੋਂ ਬਾਅਦ ਵੀ ਅਜਿਹੀਆਂ ਦਾਜ ਦੇ ਲੋਭੀ ਜਿਹੜੇ ਨੇ ਉਹ ਨਹੀਂ ਸੁਧਰਦੇ, ਅਤੇ ਵੱਡੀ ਘਟਨਾ ਵੀ ਵਾਪਰ ਸਕਦੀ ਸੀ। ਪਰ ਇਸ ਲੜਕੀ ਦੀ ਕਿਸਮਤ ਅਸੀਂ ਕਹਿ ਸਕਦੇ ਹਾਂ ਕਿ ਚੰਗੀ ਹੈ, ਪਰ ਫਿਰ ਵੀ ਜਿਹੜੀ ਤਿਆਰੀਆਂ ਸੀ ਉਹ ਧਰੀਆਂ ਦੀ ਧਰੀਆਂ ਰਹਿ ਗਈਆਂ, ਪਰਿਵਾਰ ਦੇ ਵਿੱਚ ਜਿਹੜੀ ਹੈ ਉਹ ਮਾਯੂਸੀ ਛਾਈ ਹੋਈ ਹੈ, ਕਿਉਂਕਿ ਧੀ ਦਾ ਵਿਆਹ ਸੀਗਾ ਜਿਸ ਦਾ ਲੜਕੀ ਦੇ ਮਾਪੇ ਨਹੀਂ ਸੀ, ਤਾਇਆ ਆਪਣੀ ਧੀ ਬਣਾ ਕੇ ਉਸਨੂੰ ਵਿਆਹ ਰਿਹਾ ਸੀਗਾ, ਜੋ ਭਤੀਜੀ ਸੀ ਉਸਨੂੰ ਧੀ ਬਣਾ ਕੇ ਵਿਆਹ ਰਿਹਾ ਸੀਗਾ। ਪਰ ਵਿਆਹ ਵਾਲੇ ਦਿਨ ਹੀ ਜਦੋਂ ਅਜਿਹਾ ਪਤਾ ਲੱਗਾ ਕਿ ਜਿਹੜਾ ਲਾੜਾ ਹੈ ਉਹ ਘਰੋਂ ਕਿਤੇ ਚਲਾ ਗਿਆ ਹੈ, ਦਾਜ ਨਾ ਮਿਲਣ 'ਤੇ ਗੁੱਸੇ ਵਿੱਚ ਸੀਗਾ ਅਤੇ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਕਿਤੇ ਚਲਾ ਗਿਆ, ਅਤੇ ਉਸ ਤੋਂ ਬਾਅਦ ਪਰਿਵਾਰ ਜਿਹੜਾ ਹੈ ਉਸਦੇ ਵਿੱਚ ਮਾਯੂਸੀ ਛਾਈ ਹੋਈ ਹੈ। ਖਾਸ ਤੌਰ 'ਤੇ ਉਹ ਲੜਕੀ ਜਿਹੜੀ ਕਿ ਵਿਆਹ ਦੇ ਜੋੜੇ ਵਿੱਚ ਸੱਜੀ ਹੋਈ ਸੀਗੀ, ਹੱਥਾਂ 'ਤੇ ਚੂੜਾ ਸੀਗਾ ਅਤੇ ਮਹਿੰਦੀ ਲਗਾਈ ਹੋਈ ਸੀਗੀ, ਅਤੇ ਉਹ ਲੜਕੀ ਵੀ ਉਸਦੀ ਖੁਸ਼ੀਆਂ ਵੀ ਜਿਹੜੀਆਂ ਨੇ ਇਸੇ ਤਰ੍ਹਾਂ ਦੇ ਨਾਲ ਧਰੀਆਂ ਦੀ ਧਰੀਆਂ ਰਹਿ ਗਈਆਂ। ਸੋ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਉਸ ਘਰ ਦੀਆਂ ਦਿਖਾ ਰਹੇ ਹਾਂ, ਨਾਲ ਦੇ ਨਾਲ ਲਾੜੇ ਦੀ ਵੀ ਦਿਖਾ ਰਹੇ ਹਾਂ ਜੋ ਕਿ ਘਰੋਂ ਕਿਤੇ ਚਲਾ ਗਿਆ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਸੀ, ਮਹਿਮਾਨ ਜਿਹੜੇ ਸੀ ਉਹ ਪੁੱਜੇ ਹੋਏ ਸੀਗੇ, ਸਾਰੀਆਂ ਤਿਆਰੀਆਂ ਜਿਹੜੀਆਂ ਹੋ ਰਹੀਆਂ ਸੀ, ਹਲਵਾਈ ਵੀ ਆਪਣਾ ਕੰਮ ਕਰ ਰਹੇ ਸਨ, ਖਾਣ ਪੀਣ ਬਰਾਤੀਆਂ ਦੀ ਆਓ ਭਗਤ ਦੇ ਲਈ ਜਿਹੜਾ ਖਾਣਾ ਪੀਣਾ ਹੁੰਦਾ, ਜਿਹੜੇ ਮਹਿਮਾਨ ਆਉਂਦੇ ਨੇ ਉਹਨਾਂ ਲਈ ਖਾਣਾ ਪੀਣ ਦੀ ਤਿਆਰੀ ਜਿਹੜੀ ਸੀ ਉਹ ਸਾਰੀ ਪਰਿਵਾਰ ਵੱਲੋਂ ਕੀਤੀ ਗਈ ਸੀ, ਕੀਤੀ ਜਾ ਚੁੱਕੀ ਸੀਗੀ। ਪਰ ਜਦੋਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਬਰਾਤ ਜਿਹੜੀ ਆ ਉਹ ਨਹੀਂ ਪੁੱਜੇਗੀ, ਅਤੇ ਉਸ ਵੇਲੇ ਪਰਿਵਾਰ ਜਿਹੜਾ ਹੈ ਉਸ ਦੇ ਉੱਤੇ ਦੁੱਖਾਂ ਦਾ ਪਹਾੜ ਵੀ ਟੁੱਟ ਜਾਂਦਾ ਹੈ। ਸੋ ਇਸ ਪੂਰੇ ਮਾਮਲੇ ਦੇ ਵਿੱਚ ਪੀੜਿਤ ਪਰਿਵਾਰ ਨੇ ਕੀ ਕੁਛ ਕਿਹਾ ਹੈ ਉਹ ਸੁਣਦੇ ਹਾਂ, ਕਿਉਂਕਿ ਪੀੜਿਤ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ। ਫਿਲਹਾਲ ਪੀੜਿਤ ਪਰਿਵਾਰ ਵੱਲੋਂ ਕੀ ਕੁਛ ਕਿਹਾ ਗਿਆ ਹੈ ਉਹ ਸੁਣਦੇ ਹਾਂ। ਮੇਰਾ ਨਾਮ ਦਰਵੀਰ ਸਿੰਘ ਹੈ ਜੀ। ਕਿਹੜਾ ਪਿੰਡ ਜੀ? ਪਿੰਡ ਕੰਗ ਹੈ ਜੀ। ਕੀ ਗੱਲਬਾਤ ਹੋਈ ਹੈ ਤੁਹਾਡੀ ਬੇਟੀ ਦਾ ਕਹਿੰਦੇ ਵਿਆਹ ਹੋਇਆ? ਉਹ ਗੱਲਬਾਤ ਜੀ ਇੱਦਾਂ ਹੀ ਹੈ ਜੀ, ਵੀ ਬੁੱਢੀ ਨੂੰ ਸਾਹ ਲਿਆ ਸੀ ਮੱਗੀ ਨੂੰ, ਅਤੇ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਇਹਨੂੰ ਕਹਿਤਾ ਵੀ ਗੁੱਡੀ ਦਾ ਮਾਤਾ ਪਿਤਾ ਨਹੀਂ ਹੈਗੇ ਅਤੇ ਭਰਾ ਵਾ, ਅਤੇ ਅਸੀਂ ਕੋਈ ਇਹੋ ਜਿਹੀ ਗੱਲ ਦੇਣ ਜੋਗੇ ਨਹੀਂ ਹੈ, ਅਤੇ ਕੋਈ ਗੱਲ ਡੇਢ ਸਾਲ ਬਾਅਦ ਕੋਈ ਗੱਲ ਨਹੀਂ ਚੱਲ ਰਹੀ, ਹੁਣ ਵਿਆਹ 'ਤੇ ਗੱਲ ਆ ਗਈ। 25-26 ਤਰੀਕ ਦਾ ਇਹਦਾ ਵਿਆਹ ਸੀ ਗੁੱਡੀ ਦਾ, ਅਤੇ ਸਾਰੇ ਕੰਮ ਹੋ ਗਏ ਆ, ਖਰਚੇ ਵਰਚੇ ਘਰ ਦੇ ਜਿੰਨੇ ਵੀ ਸੌਦੇ ਪੱਤੇ ਖਰਚ ਆਏ ਆ, ਜਿੰਨੀ ਜੋਗੇ ਹੈਗੇ ਸਾਰਾ ਕੁਝ ਕੀਤਾ। ਚਲੋ ਜੀ, ਉਹ ਸ਼ਗਨ ਲਾਉਣ ਵੀ ਆਏ ਆ, ਸ਼ਗਨ ਅਸੀਂ ਭੇਜਿਆ ਪਹਿਲਾਂ, ਮੁੰਦਰੀ ਭੇਜੀ ਆ, ਹੋਰ ਜੋ ਲੀੜਾ ਲੱਤਾ ਭੇਜਿਆ ਉਹ ਵੀ ਆਏ ਆ, ਮੁੰਡੇ ਦੀ ਭੈਣ ਆਈ ਨਾਲ, ਵਿਚੋਲੇ ਆਏ ਆ, ਭਰਜਾਈ ਆਈ ਆ ਨਾਲ, ਫਿਲਮ ਵਾਲੇ ਆਏ ਆ। ਸ਼ਗਨ ਲੱਗਾ ਜੀ, ਰੋਟੀ ਪਾਣੀ ਖਾ ਕੇ ਗਏ, ਸਭ ਕੁਝ ਚਾਹ ਪਾਣੀ ਪੀ ਕੇ ਗਏ ਆ,
ਤੇ ਬਾਅਦ ਵਿੱਚ ਉਹਨਾਂ ਨੂੰ ਇਹ ਜਾਪਿਆ ਕਿ ਇਹਨਾਂ ਕੱਲੀ ਮੁੰਦਰੀ ਭੇਜੀ ਆ ਤੇ ਸਾਨੂੰ ਕੋਈ ਜ਼ਿਆਦਾ ਜਾਇਦਾਦ ਦੀ ਇੱਥੋਂ ਆਸ ਨਹੀਂ। ਇਸ ਕਰਕੇ ਉਹਨਾਂ ਨੇ ਪਲੈਨ ਬਣਾਇਆ ਜੀ, ਪਲੈਨ ਬਣਾਇਆ ਕਿ ਮੁੰਡਾ ਪਾਸੇ ਕਰੀਏ ਕਿ ਇੱਥੋਂ ਸਾਨੂੰ ਜਾਇਦਾਦ ਦੀ ਆਸ ਨਹੀਂ ਹੈਗੀ, ਦਾਜ ਨਹੀਂ ਮਿਲਣਾ। ਘੱਟ ਦਾਜ ਦੇ ਲਾਲਚ ਵਿੱਚ ਆ ਕੇ ਉਹਨਾਂ ਮੁੰਡਾ ਆਪਣਾ ਪਾਸੇ ਕਰਤਾ, ਸਾਨੂੰ ਤੜਕੇ ਫੋਨ ਕਰਤਾ ਕਿ ਮੁੰਡਾ ਜਿਹੜਾ ਉਹ ਰਾਤ ਭੱਜ ਗਿਆ। ਕੀ ਨਾਂ ਸੀ ਮੁੰਡੇ ਦਾ, ਕਿੱਥੋਂ ਰਹਿਣ ਵਾਲਾ ਸੀ? ਉਹ ਜੀ ਹੈਗਾ, ਮੁੰਡੇ ਦਾ ਨਾਂ ਸੀ ਸੁਖਿੰਦਰ ਸਿੰਘ ਉਰਫ ਸੋਨੂੰ, ਸਨ ਆਫ ਹੀਰਾ ਸਿੰਘ। ਕਿੱਥੋਂ ਰਹਿਣ ਵਾਲਾ? ਪਿੱਛਾ ਦੇ ਪੱਟੀ ਦਾ ਇਹਨਾਂ ਦਾ। ਅੱਛਾ ਜੀ। ਤੇ ਰਹਿੰਦੇ ਤਰਨ ਤਾਰਨ ਸੀ। ਕਾਰਨ ਪੁੱਛਣ ਦੇ ਬਾਵਜੂਦ ਉਹ ਕਹਿੰਦੇ ਵੀ ਮੁੰਡਾ ਕਿੱਥੇ ਗਿਆ। ਜਦੋਂ ਸਾਨੂੰ ਫੋਨ ਆਉਣ ਤੋਂ ਬਾਅਦ ਅਸੀਂ ਤੜਕੇ ਗੱਡੀ ਲੈ ਕੇ ਉਹਨਾਂ ਦੇ ਘਰੇ ਗਏ ਵਿਚੋਲਿਆਂ ਦੇ ਘਰ। ਅੱਛਾ ਜੀ। ਉੱਥੇ ਸਾਨੂੰ ਪਰਿਵਾਰ ਦਾ ਕੋਈ ਜੀ ਨਹੀਂ ਇਹਨਾਂ ਦਾ ਘਰ ਮਿਲਿਆ। ਅੱਛਾ ਜੀ। ਸਿਰਫ ਮੁੰਡੇ ਦੀ ਮਾਂ ਤੇ ਭੈਣਾਂ। ਅੱਛਾ ਜੀ। ਬੰਦਾ ਕੋਈ ਨਹੀਂ, ਮਤਲਬ ਵਿਆਹ ਵਾਲਾ ਕੋਈ ਮਾਹੌਲ ਨਹੀਂ ਇਹਨਾਂ ਵੱਲ? ਜਿੱਦਾਂ ਬਰਾਤ ਤੁਰਨੀ ਹੁੰਦੀ ਹੈ, ਇੱਕ ਬੰਦੇ ਕਹਿੰਦਾ ਬਰਾਤ ਤੁਰਨੀ ਆ ਤੇ ਮੁੰਡੇ ਮੁੰਡੇ ਲੱਗ ਕੇ ਤਿਆਰ ਹੋ ਜਾਂਦੇ ਸਾਰੇ, ਭੈਣ ਭਰਾ ਰਿਸ਼ਤੇਦਾਰ? ਨਹੀਂ ਜੀ, ਅਸੀਂ ਸਵਾਤੇ ਚਲ ਗਏ। ਓਕੇ, ਠੀਕ ਹੈ। ਘਰ ਜਾ ਕੇ ਤੇ ਰੌਣਕ ਹੈ ਉਦਾਂ ਦਾ? ਹਾਂ, ਪੂਰੀਆਂ ਲੜੀਆਂ ਲੱਗੀਆਂ ਵਾ ਜੀ, ਟੰਟ ਲੱਗਾ, ਬੂਹੇ ਗਾੜੀ ਸਭ ਕੁਝ। ਅੱਛਾ, ਫਿਰ? ਫਿਰ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ ਅਤੇ ਤੁਹਾਨੂੰ ਇਹੋ ਫੋਨ ਆ ਰਿਹਾ ਵਾਰ ਵਾਰ ਵੀ ਸਾਡੀ ਥੋੜ੍ਹੀ ਜਿਹੀ ਵੇਟ ਕਰੋ, ਵੇਟ ਕਰੋ। ਠੀਕ ਹੈ। ਉਸ ਤੋਂ ਬਾਅਦ ਅਸੀਂ ਫਿਰ ਨਹੀਂ ਕੋਈ ਕਿਸੇ ਬਾਰੇ ਗੱਲ ਲੱਗੀ, ਫਿਰ ਅਸੀਂ ਚੌਂਕੀ ਗਏ। ਠੀਕ ਹੈ। ਚੌਂਕੀ ਇੰਚਾਰਜਾਂ ਗੱਲ ਕੀਤੀ, ਦਰਖਾਸਤ ਲਵਾਈ, ਪਰ ਉਹਨੇ ਵੀ ਕੋਈ ਡੀ ਗੱਲ ਨਹੀਂ ਸੁਣੀ। ਕੀ ਲੱਗਦਾ ਤੁਹਾਨੂੰ, ਕਿਉਂ ਨਹੀਂ ਮਤਲਬ ਬਰਾਤ ਕਿਉਂ ਨਹੀਂ ਆਈ, ਕਾਰਨ ਕੀ ਹੈ? ਸਾਡਾ ਮਤਲਬ ਇਹ ਹੀ, ਸਾਨੂੰ ਕਾਰਨ ਇਹ ਸਾਨੂੰ ਪਤਾ ਲੱਗ ਗਿਆ ਜਦੋਂ ਮੁੰਡਾ ਭੱਜ ਗਿਆ, ਸਾਨੂੰ ਇਹ ਵੀ ਇਹਨੇ ਦਾਜ ਤੋਂ ਭੱਜਦੇ ਆ ਵੀ ਦਾਜ ਨਹੀਂ ਮਿਲਣਾ, ਸਰੀਅਤ ਕਾਰਨ ਇਹੀ। ਤੁਸੀਂ ਆਪਣੇ ਵੱਲੋਂ ਬੇਟੀ ਦਾ ਕਦੇ ਮਾਂ ਬਾਪ ਨਹੀਂ ਹੈਗਾ, ਤੁਸੀਂ ਪਿਓ ਬਣ ਕੇ ਇੱਕ ਉਹਦਾ ਜਿਹੜਾ ਕਰਦੇ ਪਏ, ਵਿਆਹ ਕਰਦੇ ਪਏ, ਤੁਸੀਂ ਆਪਣੇ ਤੌਰ 'ਤੇ ਜੀ ਕਿੰਨਾ ਕੁ ਦਾਜ, ਕਿੰਨਾ ਕੁ ਆਪਣਾ ਸਮਾਨ ਦੇਣ ਦੀ ਕੋਸ਼ਿਸ਼ ਕਰਦੇ ਪਏ? ਵੇਖੋ ਜੀ, ਇਹੀ ਸਮਾਨ 'ਤੇ ਵੇਖੋ ਅਲਮਾਰੀ ਲੈਂਦੀ ਪਈ ਆ। ਅਸੀਂ ਇਹ ਸੋਚਿਆ ਵੀ ਚਲੋ ਗੁੱਡੀਆ ਨੂੰ ਜਿੱਦਣ ਲੈਣ ਜਾਣਾ, ਹਾਂਜੀ, 8 ਦਿਨ ਬਾਅਦ, ਅਤੇ ਬਾਕੀ ਹੋਰ ਵੀ ਜੋ ਸਾਡੇ ਤੋਂ ਸਰੂਗਾ, ਫਰਿੱਜ ਵਗੈਰਾ, LCD ਵਗੈਰਾ ਦੇਣ ਦੀ ਕੋਸ਼ਿਸ਼ ਕਰਾਂਗੇ, ਪਰ ਜਿਹੜੀ ਵਿਆਹ ਤਿਆਰੀ ਕੀਤੀ ਉਹ ਉੱਦਾਂ ਰਹੇਗੀ। ਉਹ ਉੱਦਾਂ ਰਹੇਗੀ ਜੀ। ਵੇਖੋ ਤੁਸੀਂ ਵੇਖ ਹੀ ਲਿਆ ਸਭ, ਹਾਂਜੀ, ਘਰ 'ਚ ਸਾਰਾ ਸੌਦਾ ਪੱਤਾ ਉੱਦਾਂ ਖਿਲ ਰਿਹਾ ਪਿਆ, ਟੰਟ ਖਿਲ ਰਿਹਾ ਪਿਆ, ਫਿਰ ਜਦੋਂ ਇਹੋ ਜਿਹਾ ਮਾਹੌਲ ਹੋ ਜਾਵੇ ਉਦੋਂ ਫਿਰ ਸਮਾਨ ਵੀ ਨਹੀਂ ਚੁੱਕਿਆ ਜਾਂਦਾ ਜੀ। ਬਿਲਕੁਲ ਜਿੱਥੇ ਇੱਥੇ ਭਾਂਡੇ ਪਏ ਆ। ਕੀ ਮੰਗ ਕਰਦੇ ਤੇ ਪ੍ਰਸ਼ਾਸਨ ਕੋਲ, ਕੀ ਹੋਣਾ ਚਾਹੀਦਾ? ਵੇਖੋ ਜੀ, ਸਾਡੀ ਤੇ ਇਹੀ ਪ੍ਰਸ਼ਾਸਨ ਕੋਲ ਮੰਗ ਆ ਵੀ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪਰਚਾ ਦਰਜ ਹੋਵੇ, ਇਹੋ ਜਿਹੇ ਅਨਸਰਾਂ 'ਤੇ ਕਾਰਵਾਈ ਤੁਰੰਤ ਹੋਵੇ, ਤੁਰੰਤ ਕਾਰਵਾਈ ਕਰਨ ਪ੍ਰਸ਼ਾਸਨ ਕਰੇ, ਕਿਉਂ ਹੋਰ ਕਿਸੇ ਦੀ ਧੀ ਭੈਣ ਨਾਲ ਖਿਲਵਾੜ ਨਾ ਕਰੇ। ਤੇ ਵਿਚੋਲੇ ਫਿਰ ਤੁਹਾਨੂੰ ਵਿਚੋਲਿਆਂ ਕੋਲ ਗੱਲਬਾਤ ਕੀਤੀ, ਕਿਉਂ ਨਹੀਂ ਗੱਲਬਾਤ? ਵਿਚੋਲਿਆਂ ਦਾ ਵੀ ਇਹੀ ਕਹਿਣਾ ਵਾ ਜੀ ਵੀ ਬਸ ਮੁੰਡਾ ਭੱਜ ਗਿਆ। ਅੱਛਾ, ਨਾਂ ਕੀ ਵਿਚੋਲੇ? ਵਿਚੋਲੇ ਦਾ ਤੇ ਸੁਖਦੇਵ ਸਿੰਘ ਆ ਜੀ, ਘਰ ਦੀ ਉਹਦੀ।
ਹਰਪ੍ਰੀਤ ਉਰਫ ਹੈਪੀ ਉਹ ਵੀ ਇੱਥੇ ਰਹਿਣ ਵਾਲੇ ਤੁਹਾਡੇ ਕੰਗ ਦੇ? ਨਹੀਂ ਜੀ, ਹੈ ਤਾਂ ਕੰਗ ਦੇ ਆ ਪਰ ਰਹਿੰਦੇ ਉਹ ਵੀ ਤਰਨ ਤਾਰਨ। ਅੱਛਾ ਅੱਛਾ, ਮਤਲਬ ਇਹ ਕਹਿ ਸਕਦੇ ਸਾਰੇ ਸਾਰੇ ਰਲੀ ਮਿਲੀ ਭੁਗਤਣਾ ਜਿਹੜਾ ਮਤਲਬ ਇਹ ਸਾਰਾ ਕਾਂਡ ਬਚਾਇਆ ਗਿਆ? ਬਿਲਕੁਲ ਬਿਲਕੁਲ ਜੀ ਬਿਲਕੁਲ, ਜਿਹੜਾ ਇਹ ਸਾਨੂੰ ਵਾਰ ਵਾਰ ਇਹ ਸਾਨੂੰ ਰੋਕਦੇ ਰਹੇ ਵੀ ਤੁਸੀਂ ਸਾਡੀ ਵੇਟ ਕਰੋ, ਇਹਦਾ ਮਤਲਬ ਇਹ ਸੀ ਵੀ ਇਹ ਕੋਈ ਕਾਰਵਾਈ ਨਾ ਕਰਨ। ਪੈਸਿਆਂ ਦੀ ਮੰਗ ਕੀਤੀ ਵੀ ਤੁਹਾਨੂੰ ਜਿਹੜੇ ਪੈਸੇ ਦੇਣੇ ਜਿਹੜਾ ਖਰਚਾ ਲੱਗਾ ਕੋਈ? ਨਹੀਂ ਜੀ, ਅਸੀਂ ਪੈਸੇ ਦੇ ਜੇ ਮੰਗ ਉਹਨਾਂ ਨੇ ਤੁਹਾਨੂੰ ਕੋਈ ਡਿਮਾਂਡ ਕੀਤੀ ਕਿਹਾ ਵੀ ਤੁਹਾਨੂੰ ਜਿਹੜਾ ਵਿਆਹ ਦਾ ਖਰਚਾ ਵਾ ਜਿੰਨਾ ਲੱਗਾ ਤੁਹਾਨੂੰ ਦੇ ਦੇਣੇ ਆ ਅਤੇ ਮੁੰਡਾ ਨਹੀਂ ਲੱਭਾ ਅਜੇ ਤੱਕ? ਨਹੀਂ ਜੀ, ਇਹ ਪਤਾ ਨਹੀਂ ਮੁੰਡਾ ਲੱਭਾ ਕਿ ਨਹੀਂ ਲੱਭਾ, ਉਹ ਆਏ ਵਿਚੋਲੇ ਹੋਣਾ ਅਤੇ ਉਹ ਇਹ ਕਹਿੰਦੇ ਕਿ ਚਲੋ ਤੁਹਾਨੂੰ ਉੱਥੇ ਬਈ ਕਿਤੇ ਖਰਚੇ ਦੀ ਗੱਲ ਕਰਦੇ ਹਾਂ। ਬਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਵਿਸ਼ਵਾਸ ਦਵਾਇਆ ਗਿਆ? ਵੇਖੋ ਜੀ, ਅਸੀਂ SSP ਦੀ ਦਰਖਾਸਤ ਲਿਖੀ, ਉਹ ਅੱਜ ਹਾਜ਼ਰ ਨਹੀਂ ਮਿਲੇ। SP ਸਾਹਿਬ ਹੈਗੇ ਸੀ, ਠੀਕ ਹੈ ਜੀ, SP ਸਾਹਿਬ ਨਾਲ ਗੱਲ ਹੋਈ, ਉਹਨਾਂ ਆਸ਼ਵਾਸ ਵੀ ਦਵਾਇਆ ਵੀ ਅਸੀਂ ਦਰਖਾਸਤ ਜਿਹੜੀ ਆ ਕਰਤੀ ਆ ਮਾਰਕ ਗੋਂਦਵਾਲ ਸਾਹਿਬ, ਇਹ ਤੁਹਾਡੀ ਕਾਰਵਾਈ ਵੀ ਗੋਂਦਵਾਲ ਸਾਹਿਬ ਤੋਂ ਚੱਲੂਗੀ। ਮੇਰਾ ਨਾਮ ਦਲਵੀਰ ਸਿੰਘ ਹੈ ਜੀ। ਕਿਹੜਾ ਪਿੰਡ ਜੀ? ਪਿੰਡ ਕੰਗ ਹੈ ਜੀ। ਕੀ ਗੱਲਬਾਤ ਹੋਈ ਆ ਤੁਹਾਡੀ ਬੇਟੀ ਦਾ ਕਹਿੰਦੇ ਵਿਆਹ ਹੋਇਆ? ਉਹ ਗੱਲਬਾਤ ਜੀ ਇੱਦਾਂ ਹੀ ਹੈ ਜੀ ਵੀ ਬੁੱਢੀ ਨੂੰ ਸਾਲ ਹੋਇਆ ਸੀ ਮੱਗੀ ਨੂੰ, ਅਤੇ ਰਿਸ਼ਤਾ ਕਰਨ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਹਿਤਾ ਵੀ ਬੁੱਢੀ ਦਾ ਮਾਤਾ ਪਿਤਾ ਨਹੀਂ ਹੈਗੇ ਅਤੇ ਭਰਾ ਵਾ, ਅਤੇ ਅਸੀਂ ਕੋਈ ਇਹੋ ਜਿਹੀ ਗੱਲ ਦੇਣ ਜੋਗੇ ਨਹੀਂ ਹੈ, ਅਤੇ ਕੋਈ ਗੱਲ ਡੇਢ ਸਾਲ ਬਾਅਦ ਕੋਈ ਗੱਲ ਨਹੀਂ ਚੱਲਦੀ ਰਹੀ, ਹੁਣ ਵਿਆਹ 'ਤੇ ਗੱਲ ਆ ਗਈ। 25-26 ਤਰੀਕ ਦਾ ਇਹਦਾ ਵਿਆਹ ਸੀ ਗੁੱਡੀ ਦਾ, ਅਤੇ ਸਾਰੇ ਕੰਮ ਹੋ ਗਏ ਆ, ਖਰਚੇ ਵਰਚੇ ਘਰ ਦੇ ਜਿੰਨੇ ਵੀ ਸੌਦੇ ਪੱਤੇ ਘਰ 'ਚ ਆਏ ਆ ਜਿੰਨੀ ਜੋਗੇ ਹੈਗੇ ਸਭ ਕੁਝ ਕੀਤਾ। ਚਲੋ ਜੀ, ਉਹ ਸ਼ਗਨ ਲਾਉਣ ਵੀ ਆਏ ਆ, ਸ਼ਗਨ ਅਸੀਂ ਭੇਜਿਆ ਪਹਿਲਾਂ, ਮੁੰਦਰੀ ਭੇਜੀ ਆ, ਹੋਰ ਜੋ ਲੀੜਾ ਲੱਤਾ ਭੇਜਿਆ ਉਹ ਵੀ ਆਏ ਆ, ਮੁੰਡੇ ਦੀ ਭੈਣ ਆਈ ਨਾਲ, ਵਿਚੋਲੇ ਆਏ ਆ, ਭਰਜਾਈ ਆਈ ਆ ਨਾਲ, ਫਿਲਮ ਵਾਲੇ ਆਏ ਆ, ਸ਼ਗਨ ਲੱਗਾ ਜੀ, ਰੋਟੀ ਪਾਣੀ ਖਾ ਕੇ ਗਏ, ਸਭ ਕੁਝ ਚਾਹ ਪਾਣੀ ਪੀ ਕੇ ਗਏ ਆ, ਅਤੇ ਬਾਅਦ ਵਿੱਚ ਉਹਨਾਂ ਨੂੰ ਇਹ ਜਾਪਿਆ ਕਿ ਇਹਨਾਂ ਇਕੱਲੀ ਮੁੰਦਰੀ ਭੇਜੀ ਆ ਅਤੇ ਸਾਨੂੰ ਕੋਈ ਜ਼ਿਆਦਾ ਜਾਇਦਾਦ ਦੀ ਇੱਥੋਂ ਆਸ ਨਹੀਂ, ਇਸ ਕਰਕੇ ਉਹਨਾਂ ਨੇ ਪਲੈਨ ਬਣਾਇਆ ਜੀ। ਪਲੈਨ ਬਣਾਇਆ ਇਹ ਕਿ ਮੁੰਡਾ ਪਾਸੇ ਕਰੀਏ ਕਿ ਇੱਥੋਂ ਸਾਨੂੰ ਜਾਇਦਾਦ ਦੀ ਆਸ ਨਹੀਂ ਹੈਗੀ, ਦਾਜ ਨਹੀਂ ਘੱਟ ਦਾਜ ਦੇ ਲਾਲਚ ਵਿੱਚ ਆ ਕੇ ਉਹਨਾਂ ਮੁੰਡਾ ਆਪਣਾ ਪਾਸੇ ਕਰਤਾ, ਸਾਨੂੰ ਤੜਕੇ ਫੋਨ ਕਰਤਾ ਕਿ ਮੁੰਡਾ ਜਿਹੜਾ ਉਹ ਰਾਤ ਭੱਜ ਗਿਆ। ਕੀ ਨਾਂ ਸੀ ਮੁੰਡੇ ਦਾ, ਕਿੱਥੋਂ ਰਹਿਣ ਵਾਲਾ ਸੀ? ਉਹ ਜੀ ਹੈਗਾ, ਮੁੰਡੇ ਦਾ ਨਾਂ ਸੀ ਸੁਖਿੰਦਰ ਸਿੰਘ ਉਰਫ ਸੋਨੂੰ, ਅੱਛਾ ਜੀ, ਸਨ ਆਫ ਹੀਰਾ ਸਿੰਘ, ਕਿੱਥੋਂ ਰਹਿਣ ਵਾਲਾ? ਪਿੱਛਾ ਦੇ ਪੱਟੀ ਦਾ ਇਹਨਾਂ ਦਾ, ਅੱਛਾ ਜੀ, ਅਤੇ ਰਹਿੰਦੇ ਤਰਨ ਤਾਰਨ। ਕਾਰਨ ਪੁੱਛਣ ਦੇ ਬਾਵਜੂਦ ਉਹ ਕਹਿੰਦੇ ਵੀ ਮੁੰਡਾ ਕਿੱਥੇ ਗਿਆ, ਜਦੋਂ ਸਾਨੂੰ ਫੋਨ ਆਉਣ ਤੋਂ ਬਾਅਦ ਅਸੀਂ ਤੜਕੇ ਗੱਡੀ ਲੈ ਕੇ ਉਹਨਾਂ ਦੇ ਘਰੇ ਗਏ ਵਿਚੋਲਿਆਂ ਦੇ ਘਰ, ਉੱਥੇ ਸਾਨੂੰ ਪਰਿਵਾਰ ਦਾ ਕੋਈ ਜੀ ਨਹੀਂ ਇਹਨਾਂ ਦਾ ਘਰ ਮਿਲਿਆ, ਸਿਰਫ ਮੁੰਡੇ ਦੀ ਮਾਂ ਅਤੇ ਭੈਣਾਂ,
ਅੱਛਾ ਜੀ ਬੰਦਾ ਕੋਈ ਨਹੀਂ ਮਤਲਬ ਵਿਆਹ ਵਾਲਾ ਕੋਈ ਬੋਲ ਨਹੀਂ ਇਹਨਾਂ ਵੱਲ ਜਿੱਦਾਂ ਬਰਾਤ ਤੁਰਨੀ ਹੁੰਦੀ ਹੈ ਇੱਕ ਬੰਦੇ ਕਹਿੰਦੇ ਬਰਾਤ ਤੁਰਨੀ ਹੈ ਅਤੇ ਮੁੰਡੇ ਮੁੰਡੇ ਲੱਗ ਕੇ ਤਿਆਰ ਹੋ ਜਾਂਦੇ ਸਾਰੇ ਭੈਣ ਭਰਾ ਰਿਸ਼ਤੇਦਾਰ ਨਹੀਂ ਜੀ ਅਸੀਂ ਸਵੱਤੇ ਚੱਲ ਗਏ ਓਕੇ ਠੀਕ ਹੈ ਘਰ ਜਾ ਕੇ ਤਾਂ ਰੌਣਕ ਹੀ ਹੈ ਦਾਦਾ ਹਾਂ ਪੂਰੀਆਂ ਲੜੀਆਂ ਲੱਗੀਆਂ ਵਾਂ ਜੀ ਟੰਟ ਲੱਗਾ ਬੂਏ ਗਾੜੀ ਸਭ ਕੁਝ ਅੱਛਾ ਫਿਰ ਫਿਰ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਹਾਂ ਅਤੇ ਤੁਹਾਨੂੰ ਇਹੋ ਫੋਨ ਆ ਰਿਹਾ ਵਾਰ ਵਾਰ ਵੀ ਸਾਡੀ ਥੋੜ੍ਹੀ ਜਿਹੀ ਵੇਟ ਕਰੋ ਵੇਟ ਕਰੋ ਠੀਕ ਹੈ ਉਸ ਤੋਂ ਬਾਅਦ ਅਸੀਂ ਫਿਰ ਨਹੀਂ ਕੋਈ ਕਿਸੇ ਬਣੇ ਗੱਲ ਲੱਗੀ ਫਿਰ ਅਸੀਂ ਚੌਂਕੀ ਗਏ ਠੀਕ ਹੈ ਚੌਂਕੀ ਇੰਚਾਰਜਾਂ ਗੱਲ ਕੀਤੀ ਦਰਖਾਸਤ ਲਵਾਈ ਪਰ ਉਹਨੇ ਵੀ ਕੋਈ ਡੀ ਗੱਲ ਨਹੀਂ ਸੁਣੀ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਮਤਲਬ ਬਰਾਤ ਕਿਉਂ ਨਹੀਂ ਆਈ ਕਾਰਨ ਕੀ ਹੈ ਸਾਡਾ ਮਤਲਬ ਇਹ ਹੀ ਸਾਨੂੰ ਕਾਰਨ ਇਹ ਸਾਨੂੰ ਪਤਾ ਲੱਗ ਗਿਆ ਜਦੋਂ ਅਜੇ ਮੁੰਡਾ ਭੱਜ ਗਿਆ ਸਾਨੂੰ ਇਹ ਵੀ ਇਹਨੇ ਦਾਜ ਤੋਂ ਭੱਜਦੇ ਆ ਵੀ ਦਾਜ ਨਹੀਂ ਮਿਲਣਾ ਸਰੀਅਤ ਕਾਰਨ ਇਹੀ ਤੁਸੀਂ ਆਪਣੇ ਵੱਲੋਂ ਬੇਟੀ ਦਾ ਕਦੇ ਮਾਂ ਬਾਪ ਨਹੀਂ ਹੈਗਾ ਤੁਸੀਂ ਪਿਓ ਬਣ ਕੇ ਇੱਕ ਉਹਦਾ ਜਿਹੜਾ ਕਰਦੇ ਪਏ ਵਿਆਹ ਕਰਦੇ ਪਏ ਤੁਸੀਂ ਆਪਣੇ ਤੌਰ 'ਤੇ ਕਿੰਨਾ ਕੁ ਦਾਜ ਕਿੰਨਾ ਕੁ ਆਪਣਾ ਸਮਾਨ ਦੇਣਗੇ ਤੁਸੀਂ ਗੱਡੀ 'ਤੇ ਵੇਖੋ ਜੀ ਇਹੀ ਸਮਾਨ 'ਤੇ ਵੇਖੋ ਅਲਮਾਰੀ ਲੈਂਦੀ ਪਈ ਆ ਅਸੀਂ ਇਹ ਸੋਚਿਆ ਵੀ ਚਲੋ ਗੁੱਡੀਆ ਨੂੰ ਜਿੱਦਣ ਲੈਣ ਜਾਣਾ ਹਾਂਜੀ 8 ਦਿਨ ਬਾਅਦ ਅਤੇ ਬਾਕੀ ਹੋਰ ਵੀ ਜੋ ਸਾ ਤੋਂ ਸਰੂਗਾ ਫਰਿੱਜ ਵਗੈਰਾ ਐਲ ਸੀ ਡੀ ਵਗੈਰਾ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੀ ਵਿਆਹ ਤਿਆਰੀ ਕੀਤੀ ਉਹ ਉੱਦਾਂ ਰਹੇਗੀ ਉਹ ਉੱਦਾਂ ਰਹੇਗੀ ਜੀ ਵੇਖੋ ਤੁਸੀਂ ਵੇਖ ਹੀ ਲਿਆ ਸਭ ਘਰ 'ਚ ਸਾਰਾ ਸੌਦਾ ਪੱਤਾ ਉੱਦਾਂ ਖਿਲ ਰਿਹਾ ਪਿਆ ਟੰਟ ਖਿਲ ਰਿਹਾ ਪਿਆ ਫਿਰ ਜਦੋਂ ਇਹੋ ਜਿਹਾ ਮਾਹੌਲ ਹੋ ਜਦੋਂ ਫਿਰ ਸਮਾਨ ਵੀ ਨਹੀਂ ਚੁੱਕਿਆ ਜਾਂਦਾ ਜੀ ਜਿੱਥੇ ਇੱਥੇ ਭਾਂਡੇ ਪਏ ਆ ਕੀ ਮੰਗ ਕਰਦੇ ਤੇ ਪ੍ਰਸ਼ਾਸਨ ਕੋਲ ਕੀ ਹੁੰਦਾ ਵੇਖੋ ਜੀ ਸਾਡੀ ਤੇ ਇਹੀ ਪ੍ਰਸ਼ਾਸਨ ਕੋਲ ਮੰਗ ਆ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਪਰਚਾ ਦਰਜ ਹੋਵੇ ਇਹੋ ਜਿਹੇ ਅਨਸਰਾਂ 'ਤੇ ਕਾਰਵਾਈ ਤੁਰੰਤ ਹੋਵੇ ਤੁਰੰਤ ਕਾਰਵਾਈ ਕਰਨ ਪ੍ਰਸ਼ਾਸਨ ਕਰੇ ਕਿਉਂ ਹੋਰ ਕਿਸੇ ਦੀ ਧੀ ਭੈਣ ਨਾਲ ਖਿਲਵਾੜ ਨਾ ਕਰੇ ਤੇ ਵਿਚੋਲੇ ਫਿਰ ਤੁਹਾਨੂੰ ਵਿਚੋਲਿਆਂ ਕੋਲ ਗੱਲਬਾਤ ਕੀਤੀ ਕਿਉਂ ਨਹੀਂ ਗੱਲਬਾਤ ਵਿਚੋਲਿਆਂ ਦਾ ਵੀ ਇਹੀ ਕਹਿਣਾ ਵਾ ਜੀ ਵੀ ਬਸ ਮੁੰਡਾ ਭੱਜ ਗਿਆ ਅੱਛਾ ਨਾ ਕੀ ਵਿਚੋਲੇ ਵਿਚੋਲੇ ਦਾ ਤੇ ਸੁਖਦੇਵ ਸਿੰਘ ਆ ਜੀ ਹਰਪ੍ਰੀਤ ਉਰਫ ਹੈਪੀ ਉਹ ਵੀ ਤੁਹਾਨੂੰ ਰਹਿਣ ਵਾਲੇ ਤੁਹਾਡੇ ਕੰਗ ਦੇ ਨਹੀਂ ਜੀ ਹੈ ਤਾਂ ਕੰਗ ਦੇ ਆ ਪਰ ਇਹਦੇ ਉਹ ਵੀ ਤਰਨ ਤਰਨ ਅੱਛਾ ਅੱਛਾ ਮਤਲਬ ਇਹ ਕਹਿ ਸਕਦੇ ਸਾਰੇ ਸਾਰੇ ਰਲੀ ਮਿਲੀ ਭੁਗਤਣਾ ਜਿਹੜਾ ਮਤਲਬ ਇਹ ਸਾਰਾ ਕਾਂਡ ਰਚਾਇਆ ਗਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਸਾਨੂੰ ਵਾਰ 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 ਇਹ ਸਾਨੂੰ ਰੋਕਦੇ ਰਹੇ ਵੀ ਤੁਸੀਂ ਸਾਡੀ ਵੇਟ ਕਰੋ ਇਹਦਾ ਮਤਲਬ ਇਹ ਹੀ ਵੀ ਇਹ ਕੋਈ ਕਾਰਵਾਈ ਨਾ ਕਰਨ ਪੈਸਿਆਂ ਦੀ ਮੰਗ ਕੀਤੀ ਵੀ ਤੁਹਾਨੂੰ ਜਿਹੜੇ ਪੈਸੇ ਦੇਣੇ ਜਿਹੜਾ ਖਰਚਾ ਲੱਗਾ ਕੋਈ ਨਹੀਂ ਜੀ ਅਸੀਂ ਪੈਸੇ ਦੇ ਜੇ ਮੰਗ ਉਹਨਾਂ ਨੇ ਤੁਹਾਨੂੰ ਕੋਈ ਡਿਮਾਂਡ ਕੀਤੀ ਕਿਹਾ ਵੀ ਤੁਹਾਨੂੰ ਜਿਹੜਾ ਤੁਹਾਡਾ ਵਿਆਹ ਦਾ ਖਰਚਾ ਵਾ ਜਿੰਨਾ ਲੱਗਾ ਤੁਹਾਨੂੰ ਦੇ ਦੇਣੇ ਆ ਅਤੇ ਮੁੰਡਾ ਨਹੀਂ ਲੱਭਾ ਅਜੇ ਤੱਕ ਨਹੀਂ ਜੀ ਇਹ ਪਤਾ ਨਹੀਂ ਮੁੰਡਾ ਲੱਭਾ ਕਿ ਨਹੀਂ ਲੱਭਾ ਉਹ ਆਏ ਵਿਚੋਲੇ ਹੋਣਾ ਅਤੇ ਉਹ ਇਹ ਕਹਿੰਦੇ ਕਿ ਚਲੋ ਤੁਹਾਨੂੰ ਉੱਥੇ ਬਈ ਕਿਤੇ ਖਰਚੇ ਦੀ ਗੱਲ ਕਰਦੇ ਹਾਂ ਬਸ ਪ੍ਰਸ਼ਾਸਨ ਵੱਲੋਂ ਕੀ ਤੁਹਾਨੂੰ ਵਿਸ਼ਵਾਸ ਦਵਾਇਆ ਗਿਆ ਵੇਖੋ ਜੀ ਅਸੀਂ ਐਸ ਐਸ ਪੀ ਦੀ ਦਰਖਾਸਤ ਲਿਖੀ ਉਹ ਅੱਜ ਹਾਜ਼ਰ ਨਹੀਂ ਮਿਲੇ ਐਸ ਪੀ ਸਾਹਿਬ ਹੀ ਹੈਗੇ ਸੀ ਐਸ ਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਆਸ਼ਵਾਸ ਵੀ ਦਵਾਇਆ ਵੀ ਅਸੀਂ ਦਰਖਾਸਤ ਜਿਹੜੀ ਆ ਕਰਤੀ ਆ ਮਾਰਕ ਗੋਂਦਵਾਲ ਸਾਹਿਬ ਇਹ ਤੁਹਾਡੀ ਕਾਰਵਾਈ ਵੀ ਗੋਂਦਵਾਲ ਸਾਹਿਬ ਤੋਂ ਚੱਲੂਗੀ ਮੇਰਾ ਨਾਮ ਦਲਵੀਰ ਸਿੰਘ ਹੈ ਜੀ ਕਿਹੜਾ ਪਿੰਡ ਜੀ ਪਿੰਡ ਕੰਨ ਹੈ ਜੀ ਕੀ ਗੱਲਬਾਤ ਹੋਈ ਆ ਤੁਹਾਡੀ ਬੇਟੀ ਦਾ ਕਹਿੰਦੇ ਵਿਆਹ ਹੈਗਾ ਉਹ ਗੱਲਬਾਤ ਜੀ ਇੱਦਾਂ ਹੀ ਹੈ ਜੀ ਵੀ ਬੁੱਢੀ ਨੂੰ ਸਾਹ ਲਿਆ ਮੱਗੀ ਨੂੰ
ਤੇ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਇਹਨਾਂ ਕਹਿਤਾ ਵੀ ਗੁੱਡੀ ਦਾ ਮਾਤਾ ਪਿਤਾ ਨਹੀਂ ਹੈਗੇ ਅਤੇ ਭਰਾ ਵਾ ਅਤੇ ਅਸੀਂ ਕੋਈ